ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ DGP ਅਤੇ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਵਿਧਾਨ ਸਭਾ ਵਿੱਚ ਜਵਾਬ ਦੇਣਗੇ। ਇਸ ਲਈ ਉਹ ਨਹੀਂ ਸਮਝਦੇ ਕਿ ਇਸ ਮਾਮਲੇ ਤੇ ਉਹਨਾਂ ਨੂੰ ਕੁਝ ਬੋਲਣਾ ਚਾਹੀਦਾ ਹੈ। ਦੇਖੋ, ਜਿਹੜੀ ਸਟੇਟਮੈਂਟ ਆ ਇਹਦੇ ਬੜੇ ਜਿਹੜੇ ਮੀਨਿੰਗ ਨਿਕਲਿਆ। ਮੈਨੂੰ ਇੱਕ ਗੱਲ ਦੀ ਮੈਂ ਕਹਿ ਸਕਦਾ ਕਿ ਮੇਰੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਸ ਵੇਲੇ ਕਰਤਾਰਪੁਰ ਸਾਹਿਬ ਕੋਰੀਡੋਰ ਬਾਰੇ ਮੀਟਿੰਗ ਹੁੰਦੀ ਰਹੀ, ਮੈਂ ਬੜਾ ਐਕਟਿਵਲੀ ਇਨਵੋਲਵ ਸੀ ਔਰ ਜਿੰਨੀਆਂ ਗਵਰਨਮੈਂਟ ਆਫ ਇੰਡੀਆ ਦੇ ਨਾਲ ਮੀਟਿੰਗਸ ਹੋਈਆਂ ਉਹਦੇ ਵਿੱਚ DGP ਇੰਟੈਲੀਜੈਂਸ ਔਰ DGP ਪੁਲਿਸ ਪੰਜਾਬ ਇਹ ਮੇਰੇ ਨਾਲ ਬੈਠਦੇ ਰਹੇ ਨੇ, ਹੋਮ ਮਿਨਿਸਟਰ ਅਤੇ ਜਿਹੜੀ ਮਿਨਿਸਟਰ ਐਕਸਟਰਨਲ ਅਫੇਅਰਸ ਦੇ ਨਾਲ। ਉਹਦੇ 'ਚ ਕਿਉਂਕਿ ਉਸ ਵੇਲੇ DGP ਦਾ ਜੋ ਸਟੈਂਡ ਸੀਗਾ, ਮੈਂ ਵੈਸੇ ਤਾਂ ਉਹ ਮੀਟਿੰਗ ਦਾ ਡਿਸਕਲੋਜ ਉਸ ਵੇਲੇ ਐਪਰੀਹੈਂਸ਼ਨ ਉਸ ਟਾਈਮ ਸੀਗੀਆਂ ਗਵਰਨਮੈਂਟ ਆਫ ਇੰਡੀਆ ਦਾ ਕਿ ਆਹ ਚੀਜ਼ਾਂ ਹੋ ਸਕਦੀਆਂ। DGP ਨੇ ਕਿਹਾ ਕਿ ਤੁਹਾਡਾ ਕੰਮ ਹੈ ਕਿ ਜਿਹੜੀ ਲੈਂਡ ਪੋਰਟ ਅਥੋਰਿਟੀ ਉੱਥੋਂ ਤੱਕ ਤੁਸੀਂ ਇਹਦੇ 'ਤੇ ਕਰੋਗੇ, ਪੰਜਾਬ ਦਾ ਲਾਅ ਆਰਡਰ ਮੈਂ ਦੇਖਣਾ, ਤੁਹਾਨੂੰ ਇਹਦੇ 'ਤੇ ਬਿਲਕੁਲ ਕੋਈ ਇਹ ਨਹੀਂ ਕਰਨੀ ਚਾਹੀਦੀ। ਇਹਦੇ 'ਚ DGP ਦੀ ਜਿਹੜਾ ਅਪੋਲੋਜਾਈਜ਼ ਹੋਣਾ ਜਾਂ ਕੋਈ ਕਰਨਾ ਇਹ ਮੇਰੇ 'ਤੇ ਵੀ ਸੋਚਣਾ ਚਾਹੀਦਾ। ਪਰ ਜਿਹੜੀ ਇਹੋ ਜਿਹੇ ਸਟੇਟਮੈਂਟਸ ਨੇ ਅਤੇ ਜਿਹੜਾ ਅਸੀਂ ਲਾਂਘੇ ਦੀ ਗੱਲ ਜੇ ਕਰਦੇ ਹਾਂ ਅਤੇ ਅੱਜ ਇਹਦੇ 'ਚ ਇਹ ਸੋਚਣ ਵਾਲੀ ਗੱਲ ਹੈ ਕਿ ਉਸ ਲਾਂਘੇ 'ਤੇ ਅੱਜ ਦੁਨੀਆ ਕਿਉਂ ਘੱਟ ਗਈ ਹੈ। 51,000 ਅਜੇ ਤੱਕ ਬੰਦਾ ਗਿਆ ਉਹਦੇ 'ਚ ਉੱਥੇ ਪਾਕਿਸਤਾਨ, ਅਤੇ ਸਾਨੂੰ ਇਹ ਗਿਣਤੀ ਵਧਾਉਣੀ ਚਾਹੀਦੀ ਹੈ। ਅਤੇ ਇਹ ਜਿਹੜੀ ਇਹ ਗੱਲ, ਕਿਉਂਕਿ ਮੈਂ ਇਹਦੇ 'ਚ ਅਜੇ ਉਸ ਆਪਣੇ ਆਪ ਨੂੰ ਕੈਪੇਬਲ ਨਹੀਂ ਸਮਝਦਾ ਕਿ ਜਿਹੜੀ ਚੀਜ਼ ਦਾ ਕੈਪਟਨ ਸਾਹਿਬ ਨੇ ਜਵਾਬ ਦੇਣਾ ਇੱਕ ਮਿਨਿਸਟਰ ਉਹਦਾ ਜਵਾਬ ਦੇ। ਉਸ ਸਟੇਟਮੈਂਟ ਨੂੰ ਤੁਸੀਂ ਉਹਦੇ ਹੱਕ 'ਚੋਂ ਜਾਂ ਤੁਹਾਨੂੰ ਲੱਗਦਾ ਗਲਤ ਸਟੇਟਮੈਂਟ ਦਿੱਤੀ ਉਹਨਾਂ ਨੇ? ਵੇਖੋ, ਜਿਹੜੀ ਇਹੋ ਜਿਹੀ ਸਟੇਟਮੈਂਟ ਆਉਣੀ ਜੋ ਅਖਬਾਰ ਦੇ ਵਿੱਚ ਇੰਟਰਵਿਊ 'ਚ ਮੈਂ ਕਿਹਾ ਗਲਤ ਸੀ, ਅਤੇ ਉਹਦੇ 'ਚ ਜਿਹੜਾ ਉਹਨਾਂ ਦਾ ਬਾਅਦ 'ਚ ਰਿਐਕਸ਼ਨ ਆਇਆ ਉਹਦੇ ਬਾਰੇ ਵੀ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਉਹਨਾਂ ਆਖਿਆ ਕਿ ਮੇਰੀ ਇਹ ਨਹੀਂ ਸੀ ਕਿ ਮੇਰਾ ਕੋਈ ਗੱਲ ਨਹੀਂ ਸੀ। ਪਰ ਜੇ ਉਹਨਾਂ ਨੇ ਕਿਹਾ ਕਿ ਮੈਂ ਜੋ ਐਪਰੀਹੈਂਸ਼ਨਸ ਨੇ ਕਿ ਸਾਰਿਆਂ ਦੇ ਉਹਦੇ ਬਾਰੇ ਸੀ ਕਿ ਕਿਸੇ ਬੰਦੇ ਨੂੰ ਵੀ, ਪਰ ਵੇਖੋ ਗੱਲ ਸੁਣੋ, ਜਿੰਨੀ ਮੁਸ਼ਕਲ ਦੇ ਨਾਲ ਇਹ ਰਸਤਾ ਲਿਆ ਗਿਆ ਮੇਰਾ ਖਿਆਲ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਇਹਨੂੰ ਬੰਦ ਕਰਨਾ ਚਾਹੀਦਾ। ਔਰ ਉਸ ਟਾਈਮ ਦੇ ਉੱਤੇ ਇਹ ਜੇ ਗੱਲ ਆਉਣੀ ਕਿ ਜਿਸ ਵੇਲੇ ਬਾਕੀ ਜਿਹੜੇ ਸਾਰਾ ਕੁਝ ਚੱਲ ਰਿਹਾ, ਪ੍ਰੋਸੈਸ ਚੱਲ ਰਿਹਾ, ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਦੇਣਾ ਪਏ। ਰੰਧਾਵਾ ਸਾਹਿਬ, ਕਿਸ ਦੇ ਨਾਲ ਜਿਸ ਤਰ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਸਵੇਰੇ ਜਾਂਦੇ ਆ ਵਾਪਸ ਜਦੋਂ ਆਉਂਦੇ ਨੇ ਤਾਂ ਅੱਤਵਾਦੀ ਬਣ ਕੇ ਆਉਂਦੇ ਨੇ, ਉੱਥੇ ਹੀ ਗੱਲ ਨਹੀਂ, ਮੇਰਾ ਖਿਆਲ ਇਹ ਤਾਂ ਨਹੀਂ ਕਿਹਾ ਕਿ ਅੱਤਵਾਦੀ ਬਣ ਕੇ ਆਉਂਦੇ, ਇਹ ਕਿਹਾ ਗਿਆ ਕਿ ਉੱਥੇ ਉਹਨਾਂ ਨੂੰ 5-6 ਘੰਟਿਆਂ 'ਚ ਕੋਈ ਵੀ ਚੀਜ਼ ਦਿੱਤੀ ਜਾ ਸਕਦੀ ਹੈ। ਆਤੰਕਵਾਦ ਦੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਨਾਮ ਜੁੜਿਆ ਜਾ ਰਿਹਾ ਹੈ। ਮੈਂ ਉਹਦੇ 'ਚ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ 92 ਜਾਂ 93 ਦੀ ਉਹਨਾਂ ਨੇ ਗੱਲ ਕੀਤੀ ਹੈ, 92 ਦੀ। ਉਹਦੇ ਬਾਅਦ 3 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਨੇ, ਇਹਨਾਂ ਨੇ ਕਿਉਂ ਨਹੀਂ ਉਹਦੇ 'ਤੇ ਐਕਸ਼ਨ ਲਿਆ? ਇੰਨੀ ਦੇਰ ਉਹ ਕੌਂਸਲਰ ਰਿਹਾ, ਭਾਰਤ ਭੂਸ਼ਣ ਆਸ਼ੂ ਕਿਉਂ ਨਹੀਂ ਉਹਦੇ 'ਤੇ ਐਕਸ਼ਨ ਕੀਤਾ ਗਿਆ? ਕਿਉਂ ਨਹੀਂ ਉਹਦੇ ਉੱਤੇ ਮੈਨੂੰ ਇਹਦੇ ਜਿਹੜੇ ਪੇਪਰ ਜਦੋਂ ਇਹਨੇ ਫਾਈਲ ਕੀਤੇ 2 ਵਾਰੀ MLA ਬਣ ਗਿਆ, ਅਤੇ ਉਹਦੇ 'ਚ ਕਿਉਂ ਨਹੀਂ ਇਹਦੇ ਅਗੇਂਸਟ ਇਹਨਾਂ ਨੇ ਇਹ ਓਬਜੈਕਸ਼ਨ ਲਾਇਆ ਕਿ ਇਹਨੇ ਕੰਸੀਲ ਕੀਤੇ ਨੇ ਜਿਹੜੇ ਉਹਦੇ 'ਚ? ਜਦੋਂ ਇਲੈਕਸ਼ਨ ਕਮਿਸ਼ਨ ਚਾਹੀਦੇ ਨੇ ਕਿ ਤੇਰੇ ਖਿਲਾਫ਼ ਕਿਹੜੇ ਕਿਹੜੇ ਐਲੀਗੇਸ਼ਨ ਨੇ, ਕਿਉਂ ਨਹੀਂ ਉੱਥੇ ਕੰਸੀਲ ਕਰਨਾ? ਇਹਦੇ 'ਤੇ ਕੇਸ ਕਿੱਦਾਂ ਦੀ ਹੈ? ਮੈਂਬਰਸ਼ਿਪ ਕੈਂਸਲ ਹੁੰਦੀ ਸੀ, ਉਹ ਕਿਉਂ ਨਹੀਂ ਉਸ ਪਾਸੇ ਜਾਂਦੇ? ਜਿਹੜੀਆਂ ਇਹ ਚੀਜ਼ਾਂ ਨੇ ਇਹਦਾ ਪ੍ਰੋਪਰ ਜਵਾਬ ਕੱਲ੍ਹ ਕੈਪਟਨ ਸਾਹਿਬ ਦੇਣਗੇ, ਉਹਦੇ ਕੀਤਾ ਜਾਏਗਾ। ਜਿਹੜੀਆਂ ਉੱਦਾਂ ਹੀ ਫੇਕ ਐਲੀਗੇਸ਼ਨ ਲਾ ਦੇਣੇ, ਉਹ ਮੈਂ ਨਹੀਂ ਸਮਝਦਾ ਕੋਈ ਠੀਕ ਹੈ।